कनेक्टिंग फ्लाइट है मेरी पटना साहिब तो दिल्ली दिल्ली तो चंडीगढ़ और तकरीबन 40 मिनट से यहां पे मिलता कर रहे हैं कृपाण पाई हुई है यानी कृपाण तारो कृपाण तारो ਤੁਸੀਂ कृपाण पाई हुई ਹੈ ਜਾਂ कृपाण ਧਾਰ ਕੇ ਜਾਓ ਮੈਟਰੋ ਚੜਨ ਲੱਗਿਆ ਉਹਨਾਂ ਨੇ ਜਿਹੜੇ ਉੱਥੇ ਸਪੋਰਟ ਪੁਲਿਸ ਵਾਲੇ ਬੈਠੇ ਹੁੰਦੇ ਨੇ ਚੱਕ ਉਹਨਾਂ ਨੇ ਮੈਨੂੰ ਫਟੋ ਘੜੇ ਇੱਥੇ ਤੱਕ 5 ਤੋਂ 7 ਮਿੰਟ ਰੋਕੀ ਰੱਖਿਆ ਵੀ ਕਿਰਪਾਨ ਕੱਢ ਕੇ ਦਿਖਾਓ ਜੀ ਤੁਹਾਡਾ ਧਾਰਨੀ ਹੈ ਕਰੋਨਾ ਦਾ ਇੱਕ ਪੁਲਿਸ ਅਫਸਰ ਆਇਆ ਉਹਨਾਂ ਨੇ ਸਮਝਾਇਆ ਉਹਨਾਂ ਨੂੰ ਤਾਂ ਜਾਣ ਦਿੱਤਾ ਗਿਆ ਔਰ ਅੰਦਰ 에ਰਪੋਰਟ ਦੇ ਉੱਤੇ ਵਾਲੇ ਅੱਧਾ ਨਿਖਣ ਅੱਧਾ ਘੰਟਾ ਪਿਆ ਵਾਲੇ 9:00 ਵਜੇ 10 ਮਿੰਟ ਤੇ ਫਲਾਈਟ ਹੈ 9:00 ਵਜੇ 10 ਮਿੰਟ ਤੇ ਫਲਾਈਟ ਹੈ ਲੇਕਿਨ ਇਹਨਾਂ ਵੱਲੋਂ ਜਵਾਬ ਦਿੱਤਾ ਜਾ ਰਿਹਾ ਕਿ ਤੁਸੀਂ ਨਹੀਂ ਜਾ ਸਕਦੇ ਸੌਰੀ ਹਾਂਗਕਾਂਗ ਤੋਂ ਕੋਈ ਵੀਰ ਆ ਰਿਹਾ ਸੀਗਾ ਉੱਥੇ 에ਰਪੋਰਟ ਦੇ ਉੱਤੇ ਉਹਨੇ ਛੋਟੀ ਕਿਰਪਾਨ ਪਾਈ ਹੋਈ ਸੀ ਕਿਰਪਾਨ ਲਹਾਈ ਗਈ ਤਾਂ ਉਹ ਮਾਫੀ ਮੰਗਦਾ ਰਿਹਾ ਸੌਰੀ ਮੰਗਦਾ ਰਿਹਾ ਲੇਕਿਨ ਉਹ ਕਿਰਪਾਨ ਨੂੰ ਜਿੱਥੇ ਸਿਕਟਾਂ ਸਿੱਟੀਆਂ ਜਾ ਰਹੀਆਂ ਸੀ ਜੀ ਜਗ੍ਹਾ ਦੇ ਉੱਤੇ ਉਸ ਤੇ ਜਾ ਰਹੀ ਸੀ ਜਿੱਦਾਂ ਨਾਹ ਕਟਣੀ ਹੋਊਗੀ ਤਮਾਕੂ ਦੀਆਂ ਪੁੜੀਆਂ ਉਹਦੇ ਅੰਦਰ ਇਦਾਂ ਉਹਨਾਂ ਨੇ ਸਿੱਧੀ ਸਭ ਸਿੱਟੀ ਡੋਮੈਸਟਿਕ 에ਅਰਪੋਰਟ ਤੇ ਜਿਹੜਾ ਕਿ 5 ਮਿੰਟ ਦੇ ਵਿੱਚ ਕਲੀਅਰ ਕਰ ਸਕਦੇ ਸੀਗੇ 25 ਮਿੰਟ ਪਏ ਸੀਗੇ ਲੇਕਿਨ ਉੱਥੇ ਮੇਰੀ ਬਹਿਸ ਇਹੀ ਹੁੰਦੀ ਰਹੀ ਆਖਰ ਉਹ ਕਹਿੰਦੇ ਵੀ ਤੁਸੀਂ ਫਿਰ ਇਦਾਂ ਬੈਗ ਆਪਣਾ ਕਿਰਪਾਨ ਛੱਡ ਕੇ ਜਾ ਸਕਦੇ ਹੋ ਕਿਰਪਾਨ ਛੱਡ ਕੇ ਵੀ ਜਾ ਸਕਦੇ ਹੋ ਫਲੈਟ ਦਾ ਸੋਚ ਸਕਦਾ ਕਿ ਸਿੱਖ ਨੂੰ 6 ਤੋਂ ਲੈ ਕੇ 9 ਇੰਚ ਦੀ ਗੁਰਪਾਨ ਪਾ ਕੇ ਜਾ ਸਕਦਾ ਸਿੱਖ ਜਾ ਸਕਦਾ ਦੂਜਾ ਬੰਦਾ ਨਹੀਂ ਜਾ ਸਕਦਾ ਇਹ ਵੀ ਵਧੀਆ ਗੱਲ ਕੀਤੀ ਹੈ ਲੇਕਿਨ ਉਹਦੇ ਦੂਜੇ ਦੂਜੇ ਪੱਖ ਦੇ ਵਿੱਚ ਵੀ ਤਾਂ ਪੜ੍ਹਨਾ ਚਾਹੀਦਾ ਉੱਥੇ ਲਿਖਿਆ ਐਮਪਲਾਈ ਜਿਹੜਾ ਹੈ ਨੌਕਰੀ ਕਰਨ ਵਾਲਾ ਜਿਹੜਾ ਹੈ ਉਹ ਗੁਰਪਾਨ ਪਾ ਕੇ ਡਿਊਟੀ ਨਹੀਂ ਕਰ ਸਕਦਾ ਆਹੀ ਹੱਲ ਹੁੰਦਾ ਸੀ ਉਹਦੋਂ ਅਰਦਾਸ ਕਰ ਦਿੰਦੇ ਆ ਦੁਖੀ ਹਿਰਦੇ ਨਾਲ ਅਰਦਾਸ ਕਰਦੇ ਸੱਚੇ ਪਾਤਸ਼ਾਹ ਸਾਨੂੰ ਕਦੋਂ ਆਜ਼ਾਦੀ ਮਿਲੂਗੀ ਅਸੀਂ ਛੋਟੀ ਜੀ ਸੀਰੀਸ ਸਾਹਿਬ ਵੀ ਨਹੀਂ ਪਾ ਕੇ ਲੈ ਜਾ ਸਕਦੇ ਕਦੋਂ ਅਸੀਂ ਆਜ਼ਾਦ ਹੋਵਾਂਗੇ ਆਪਣੇ ਕੱਟਾਰ ਪਹਿਨ ਕੇ ਅਸੀਂ ਪੂਰੀ ਦੁਨੀਆ ਵਿੱਚ ਜਾ ਸਕਦੇ ਹਾਂ ਅਸੀਂ ਦੱਸ ਚੁੱਕੇ ਹਾਂ ਵੀ ਅਸੀਂ ਰਾਖੇ ਹਾਂ ਨਾ ਕਿ ਅਸੀਂ ਕ੍ਰਿਮੀਨਲ ਲੋਕ ਹਾਂ ਅਸੀਂ ਜਿੱਤਾ ਬਚਾਉਣ ਵਾਲਿਆਂ ਨਾ ਕਿ ਜਿੱਤਾ ਲੁੱਟਣ ਵਾਲਿਆਂ ਉਹ ਲੋਕਾਂ ਤੱਕ ਤੱਤ ਪਹੁੰਚਾ ਚੁੱਕੇ ਨੇ ਹੁਣ ਮੈਂ ਇਸਤੇ ਨਹੀਂ ਦੱਸ ਸਕਦੇ ਵੀ ਸੀਰੀਸ ਸਾਹਿਬ ਨੂੰ ਏਦਾਂ ਦੀ ਤਿਆਰ ਕੀਤੀ ਜਾਵੇਗੀ ਕਿ 에어ਪੋਰਟ ਤੇ ਜਿੱਥੇ ਲੈ ਜਾ ਸਕਦੇ ਹੋ ਕੋਈ ਕਤਰਾ ਨਹੀਂ ਇਹ ਨਹੀਂ ਪਲਾਸਟਿਕ ਦੀ ਬਣਾ ਕੇ ਭੇਜ ਦਿਓ ਬਲਕਿ ਸ੍ਰੀ ਸਾਹਿਬ ਦਾ ਕੋਈ ਇਦਾਂ ਦਾ ਵੀ ਇਹ ਸ੍ਰੀ ਸਾਹਿਬ ਜਿਹੜੀ ਹੈ ਇਹ ਪਾਕੇ ਜਾ ਸਕਦਾ ਹੈ। ਏਲੀ ਪੋਸਟ ਪੰਜਾਬੀ ਦੇਖ ਰਹੇ ਹੋ ਮੈਂ ਹਾਂ ਅਨੁਰਾਗ ਸ਼ਰਮਾ। ਦੋਸਤੋ ਪੂਰੇ ਜਗਤ ਦੇ ਵਿੱਚ ਸਿੱਖ ਦੀ ਪਹਿਚਾਨ ਉਸਦੇ ਪੰਜ ਕਕਾਰ ਹੁੰਦੇ ਆ ਜਿਹੜੇ ਗੁਰੂ ਸਾਹਿਬਾਨ ਵੱਲੋਂ ਬਖਸ਼ੀਸ਼ ਕਿਤੇ ਗਏ ਨੇ। ਪਰ ਜਦੋਂ ਇਹਨਾਂ ਕਕਾਰਾਂ ਦੇ ਉੱਤੇ ਕਿੰਤੂ ਪ੍ਰੰਤੂ ਹੁੰਦਾ ਹੈ ਤੇ ਫਿਰ ਇੱਕ ਸਿੱਖ ਕਿਵੇਂ ਉਸ ਚੀਜ਼ ਨੂੰ ਬਰਦਾਸ਼ਤ ਕਰੇਗਾ? ਸੋ ਇਹ ਜਹੀ ਇੱਕ ਘਟਨਾ ਸੋਸ਼ਲ ਮੀਡੀਆ ਦੇ ਉੱਤੇ ਬੜੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਇਸ ਘਟਨਾ ਦੇ ਵਿੱਚ 에어ਪੋਰਟ ਦੇ ਉੱਤੇ ਇੱਕ ਸਿੰਘ ਸਾਹਿਬ ਨੂੰ ਕਿਹਾ ਗਿਆ ਕਿ ਤੁਸੀਂ ਸ੍ਰੀ ਸਾਹਿਬ ਉਤਾਰ ਕੇ ਫਲਾਈਟ ਦੇ ਵਿੱਚ ਜਾ ਸਕਦੇ ਹੋ ਤੇ ਉਸ ਤੋਂ ਬਾਅਦ ਫਿਰ ਉਹਨਾਂ ਨੇ ਕੀ ਕੀਤਾ ਇਸ ਬਾਬਤ ਜਾਣਕਾਰੀ ਦੇਣ ਲਈ ਸਾਡੇ ਨਾਲ ਇਸ ਵਕਤ ਉਹ ਸਿੰਘ ਸਾਹਿਬ ਖੁਦ ਮੌਜੂਦ ਨੇ ਭਗਵਾਨ ਸਿੰਘ ਜੀ ਖੋਜੀ ਗੱਲਬਾਤ ਉਹਨਾਂ ਨਾਲ ਕਰਦੇ ਆ ਬਹੁਤ ਬਹੁਤ ਸਵਾਗਤ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਡੇਲੀ ਪੋਸਟ ਦੇਖ ਰਹੇ ਜਿੰਨੇ ਵੀ ਸਰੋਤੇ ਨੇ ਸਾਰਿਆਂ ਨੂੰ ਫੇਰ ਦੁਬਾਰ ਤੋਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਸਿੰਘ ਸਾਹਿਬ ਅਸੀਂ ਅਕਸਰ ਤੁਹਾਨੂੰ ਦੇਖਦੇ ਹਾਂ ਤੁਸੀਂ ਬਹੁਤ ਖੋਜਾਂ ਕਰਦੇ ਹੋ ਕਦੇ ਗੁਰਦੁਆਰਾ ਸਾਹਿਬ ਨੂੰ ਖੋਜਦੇ ਹੋ ਕਦੇ ਇਤਿਹਾਸ ਨੂੰ ਖੋਜਦੇ ਹੋ ਕਦੇ ਅਜਿਹੇ ਪਰਿਵਾਰਾਂ ਨੂੰ ਖੋਜਦੇ ਹੋ ਜਿਹੜੇ ਕਿ ਸਿੱਖੀ ਦੇ ਵਿੱਚ ਜੁੜੇ ਹੋਏ ਨੇ ਬੜੇ ਲੰਬੇ ਸਮੇਂ ਤੋਂ ਔਰ ਹਮੇਸ਼ਾ ਤੁਸੀਂ ਬਾਹਰ ਜਾਂਦੇ ਰਹਿੰਦੇ ਹੋ ਬਾਈ 에ਅਰ ਵੀ ਜਾਂਦੇ ਹੋ ਬਾਈ ਰੋਡ ਵੀ ਜਾਂਦੇ ਹੋ ਹਰ ਮਾਧਿਅਮ ਦੇ ਨਾਲ ਜਾਂਦੇ ਹੋ ਇਹ ਇਸ ਵਾਰ ਮਸਲਾ ਕਿਉਂ ਹੋਇਆ ਕਿਉਂਕਿ ਤੁਸੀਂ ਤਾਂ ਰੋਜ਼ ਦੀ ਤਰ੍ਹਾਂ ਫਲਾਈਟਾਂ ਦੇ ਵੀ ਸਫ਼ਰ ਕਰਦੇ ਹੋ ਫਿਰ ਇਹ ਮਸਲਾ ਹੁਣ ਕਿਉਂ ਹੋਇਆ ਬਿਲਕੁਲ ਜੀ ਅੱਗੇ ਕਦੇ ਪਹਿਲਾਂ ਨਹੀਂ ਇਦਾਂ ਦੀ ਗੱਲ ਹੋਈ ਤੇ ਹੋਰਾਂ ਨਾਲ ਸੁਣਦੇ ਹੁੰਦੇ ਸੀਗੇ ਵੀ ਇਦਾਂ ਰੋਕਿਆ ਜਾਂਦਾ ਇੱਕ ਵਾਰ ਮੇਰੇ ਕੋ ਮੈਨੂੰ ਦਿੱਲੀ ਦੇ ਵਿੱਚ ਹੋਇਆ ਸੀ ਕਿ ਦਿੱਲੀ ਮੈਟਰੋ ਚੜਨ ਲੱਗਿਆ ਉਹਨਾਂ ਨੇ ਜਿਹੜੇ ਉੱਥੇ ਪੁਲਿਸ ਵਾਲੇ ਬੈਠੇ ਹੁੰਦੇ ਨੇ ਚੈੱਕ ਇਨ ਉਹਨਾਂ ਨੇ ਮੈਨੂੰ ਘੱਟੋ ਘੜੇ ਇੱਥੇ ਤੱਕ 5 ਤੋਂ 7 ਮਿੰਟ ਰੋਕੀ ਰੱਖਿਆ ਵੀ ਕਿਰਪਾਨ ਕੱਢ ਕੇ ਦਿਖਾਓ ਜੀ ਤੁਹਾਡਾ ਅਧਿਕਾਰ ਨਹੀਂ ਹੈ ਫਿਰ ਉਹਨਾਂ ਦਾ ਇੱਕ ਪੁਲਿਸ ਅਫਸਰ ਆਇਆ ਉਹਨਾਂ ਨੇ ਸਮਝਾਇਆ ਉਹਨਾਂ ਨੂੰ ਤਾਂ ਜਾਣ ਦਿੱਤਾ ਗਿਆ ਇੱਕ ਮੇਰੇ ਨਾਲ ਉਹ ਘਟਨਾ ਵਾਪਰੀ ਸੀ ਤੇ ਇੱਕ ਮੈਂ ਤਕਰੀਬਨ 8-10 ਸਾਲ ਪਹਿਲਾਂ ਮੈਂ ਹਾਂਗਕਾਂਗ ਗਿਆ ਸੀਗਾ ਉਦੋਂ ਮੈਂ ਇੱਕ ਘਟਨਾ ਦੇਖੀ ਸੀ ਕਿ ਉਹ ਮੇਰੇ ਦਿਲ ਨੂੰ ਅੱਜ ਤੱਕ ਇਹ ਕਹਿ ਲਈ ਕਿ ਝੰਜੋੜ ਕੇ ਰੱਖ ਜਾਂਦੀ ਆ ਹਾਂਗਕਾਂਗ ਤੋਂ ਹੀ ਕੋਈ ਵੀਰ ਆ ਰਿਹਾ ਸੀਗਾ ਉੱਥੇ 에ਰਪੋਰਟ ਦੇ ਉੱਤੇ ਉਹਨੇ ਇੱਕ ਛੋਟੀ ਕਿਰਪਾਨ ਪਾਈ ਹੋਈ ਸੀ ਕਿਰਪਾਨ ਲਹਾਈ ਗਈ ਉਹ ਮਾਫੀ ਮੰਗਦਾ ਰਿਹਾ ਸੌਰੀ ਮੰਗਦਾ ਰਿਹਾ ਲੇਕਿਨ ਉਹ ਕਿਰਪਾਨ ਨੂੰ ਜਿੱਥੇ ਸਿਕਟਾ ਸਿੱਟੀਆਂ ਜਾ ਰਹੀਆਂ ਸੀ ਜੀ ਜਗ੍ਹਾ ਦੇ ਉੱਤੇ ਉਸ ੱਤੇ ਜਾ ਰਹੀ ਸੀਗੇ ਜਿੱਦਾਂ ਨੌ ਕਟਣੀ ਹੋਗੀ ਤਮਾਕੂ ਦੀਆਂ ਪੁੜੀਆਂ ਉਹਦੇ ਅੰਦਰ ਇਦਾਂ ਉਹਨਾਂ ਨੇ ਸ੍ਰੀ ਸਭ ਸਿੱਟੀਆਂ ਕੜਾ ਦਾ ਸਾਲ ਪਹਿਲਾਂ ਦੀ ਮੈਂ ਆਪਣੀ ਅੱਖਾਂ ਦੇ ਨਾਲ ਦੇਖੀ ਹੋਈ ਘਟਨਾ ਹੈ ਤੇ ਉਸ ਤੋਂ ਬਾਅਦ ਬੜਾ ਸਫਰ ਕੀਤਾ ਦੋ 250 ਵਾਰ ਮੈਂ ਫਲਾਈਟ ਚੜਿਆ ਸਾਰੀਆਂ ਇੰਡੋਗੋਏਲ ਨੇ ਉਹ ਵੀ ਵਧੀਆ ਟਰੀਟ ਕਰਦੇ ਨੂੰ ਕੋਈ ਵੱਡੀ ਉਹ ਗੱਲ ਨਹੀਂ ਹੈ ਲੇਕਿਨ ਜਦੋਂ 22 ਤਰੀਕ ਨੂੰ ਮੈਂ ਇੱਥੋਂ ਪਟਨਾ ਸਾਹਿਬ ਗਿਆ 22 ਏਅਰ ਚੰਡੀਗੜ੍ਹ ਤੋਂ ਦਿੱਲੀ ਦਿੱਲੀ ਤੋਂ ਪਟਨਾ ਸਾਹਿਬ ਪਟਨਾ ਸਾਹਿਬ ਤੋਂ ਵਾਪਸੀ 28 ਤਰੀਕ ਦੀ ਮੇਰੀ ਵਾਪਸੀ ਦੀ ਫਲਾਈਟ ਸੀਗੀ ਤੇ ਉਹ ਜਿਹੜੀਆਂ ਮੇਰੀਆਂ ਟਿਕਟਾਂ ਸੀਆਂ ਉਹ ਇੰਗਲੈਂਡ ਤੋਂ ਕੀਤੀਆਂ ਗਈਆਂ ਸੀ ਪਰ ਉਹਦੇ ਵਿੱਚ ਵੀ ਕਿਤੇ ਨਾ ਕਿਤੇ ਇੱਕ ਲੱਗਿਆ ਕਿ ਇੱਕ ਘੰਟੇ ਦਾ ਗੈਪ ਸੀਗਾ। ਜੀ। ਇੱਕ ਘੰਟੇ ਬਾਅਦ ਫਲਾਈਟ ਸੀਗੀ ਉਸੇ ਉਸੇ ਪਲੇਟਫਾਰਮ ਤੋਂ ਸੀ। 7:20 ਤੇ ਮੈਂ ਫਲਾਈਟ ਚੜਿਆ ਪਟਨਾ ਸਾਹਿਬ ਤੋਂ 8:00 ਉਤਰਿਆ ਮੇਰੇ ਕੋਲ ਇੱਕ ਘੰਟਾ ਸੀ। ਉਸ ਘੰਟੇ ਦੇ ਵਿੱਚ ਮੇਰਾ ਬੈਗ ਜਿਹੜਾ ਸੀਗਾ ਜਿਹੜਾ ਕਿ ਚੈੱਕ ਇਨ ਬੈਗ ਸੀ ਉਹਨੂੰ 10 12 15 ਮਿੰਟ ਲੱਗੇ ਮੈਂ ਪਹੁੰਚਦੇ ਪਹੁੰਚਦੇ 8:30 ਵਜੇ ਕਾਊਂਟਰ ਤੇ ਪਹੁੰਚਿਆ ਇੰਡਿਗੋ 에ਅਰਲਾਈਨ ਦੇ ਦਿੱਲੀ ਦੇ ਵਿੱਚ ਟਰਮੀਨਲ 2 ਸੀ ਸ਼ਾਇਦ ਪਹੁੰਚਿਆ ਤੇ ਉਹਨਾਂ ਨੇ ਮੇਰੇ ਨਾਲ ਦੇ ਬਾਕੀ ਬੰਦੇ ਕੱਢੇ ਨੇ ਉਹਨਾਂ ਨੇ ਹੋਰ ਨਾਲ ਗਏ ਨੇ ਤੇ ਮੈਨੂੰ ਰੋਕ ਦਿੱਤਾ ਗਿਆ ਕਹਿਣ ਲੱਗੇ ਵੀ ਹਲੇ ਕਰਪਾਨ ਦਾ ਮਸਲਾ ਨਹੀਂ ਸੀ ਕਹਿਣ ਲੱਗੇ ਵੀ ਤੁਹਾਡਾ ਬੈਗ ਚੈੱਕ ਇੰਨੀ ਹੋ ਸਕਦਾ ਤੁਸੀਂ ਨਾਲ ਕੈਰੀ ਕਰ ਸਕਦੇ ਹੋ ਮੈਂ ਕਿਹਾ ਨਾਲ ਕੈਰੀ ਕਰ ਸਕਦਾ ਕਹਿੰਦਾ ਮੈਂ ਅਸੀਂ ਪੁੱਛ ਲਈਏ ਉਹਨਾਂ ਨੇ 2-3 ਵਾਰ 5 ਤੋਂ 7 ਮਿੰਟ ਨਿਕਲ ਗਏ ਪੁੱਛਿਆ ਕਹਿਣ ਲੱਗੇ ਠੀਕ ਆ ਤੁਸੀਂ ਦੂਜੇ ਕਾਊਂਟਰ ਤੇ ਆ ਜਾਓ ਦੂਜੇ ਕਾਊਂਟਰ ਤੇ ਮੈਂ ਗਿਆ ਮੈਨੂੰ ਕਹਿਣ ਲੱਗੇ ਭਾਈ ਸਾਹਿਬ ਜੀ ਤੁਸੀਂ ਬਜਾਏ ਤਾਂ ਬੈਗ ਇੱਥੇ ਛੱਡ ਕੇ ਜਾ ਸਕਦੇ ਹੋ ਤੇ ਜਾ ਬੈਗ ਤੁਸੀਂ ਨਹੀਂ ਲਿਜਾ ਸਕਦੇ ਮੈਂ ਕਹਾਂ ਜੀ ਮੈਂ ਛੱਡ ਕੇ ਨਹੀਂ ਜਾ ਸਕਦਾ ਨੰਬਰ ਇੱਕ ਕਿਉਂਕਿ ਮੇਰੀ ਇਹਦੇ ਵਿੱਚ ਸਿਰੀ ਸਾਹਿਬ ਹੈ ਤੇ ਦੂਜੀ ਗੱਲ ਜੇ ਚੈੱਕ ਇਨ ਮੈਂ ਕਰਦਾ ਤੁਹਾਨੂੰ ਬੈਗ ਚੈਕਿੰਗ ਕਰਨ ਵਾਸਤੇ ਤੁਸੀਂ ਮੈਨੂੰ ਕਹਿ ਰਹੇ ਹੋ ਮੇਰੀ ਇਹਦੇ ਅੰਦਰ ਸਿਰੀ ਸਾਹਿਬ ਹੈ ਜਿਹੜੀ ਕਿਉਂਕਿ ਦੋ ਤਰੀਕੇ ਦੇ 에ਰਪੋਰਟ ਹੁੰਦੇ ਨੇ ਇੱਕ ਡੋਮੈਸਟਿਕ ਹੁੰਦਾ ਇੱਕ ਇੰਟਰਨੈਸ਼ਨਲ ਹੁੰਦਾ ਇੰਟਰਨੈਸ਼ਨਲ ਤੇ ਅਸੀਂ ਕਿਰਪਾਨ ਨਹੀਂ ਲਿਜਾ ਸਕਦੇ ਡੋਮੈਸਟਿਕ ਦੇ ਵਿੱਚ 9 ਇੰਚ ਦੀ ਅਲਾਉਡ ਹੈ ਪਰ ਹਾਂ ਇੱਕ ਇਹ ਵੀ ਮੈਂ ਗੱਲ ਕਰਾਂ ਕਿ ਦੋ ਸ੍ਰੀ ਸਾਬ ਨਹੀਂ ਲਿਜਾ ਸਕਦੇ ਸੀ ਪਾ ਕੇ ਅਸੀਂ ਇੱਕ ਲਿਜਾ ਸਕਦੇ ਮੇਰੇ ਇੱਕ ਛੋਟੀ ਥੱਲੇ ਦੀ ਪਾਈ ਹੋਈ ਤੇ ਵੱਡੀ ਮੈਂ ਜਿਹੜੀ ਆ ਉਹ ਬੈਗ ਵਿੱਚ ਪਾਈ ਹੋਈ ਸੀ ਚੈੱਕ ਇਨ ਦੇ ਵਿੱਚ ਮੈਂ ਉਹਨੂੰ ਕਿਹਾ ਵੀ ਚੈੱਕ ਇਨ ਬੈਗ ਨੂੰ ਮੈਂ ਹੈਂਡ ਕੈਰੀ ਬੈਗ ਬਣਾ ਕੇ ਲੈ ਕੇ ਜਾਣਾ ਤੇ ਇਸ ਕਰਕੇ ਇਹ ਕਿਰਪਾਨ ਕੀ ਅਲਾਉ ਹੈ ਉਹ ਕਹਿਣ ਲੱਗੇ ਇਹ ਅਲਾਉਟ ਨਹੀਂ ਹੈਗਾ ਮੈਂ ਕਹਾ ਬੈਗ ਚ ਅਲਾਉਡ ਨਹੀਂ ਹੈ ਪਰ ਜੇ ਤੁਸੀਂ ਪਾਲਣ ਦੇ ਫਿਰ ਤਾਂ ਅਲਾਉਡ ਸੀ ਨਹੀਂ ਸੁਣੋ ਤਾਂ ਸੀ ਨਾ ਬੈਗ ਦੇ ਵਿੱਚ ਲਜਾਣੀ ਅਲਾਉਡ ਨਹੀਂ ਹੈਗੀ ਕਿਉਂਕਿ ਤੁਸੀਂ ਇਹਨੂੰ ਇਹਨੂੰ ਕੈਰੀ ਕਰਕੇ ਲੈ ਕੇ ਜਾਓਗੇ ਤੇ ਕਿਰਪਾਨ ਕਿਰਪਾਨ ਅਸੀਂ ਅਲਾਉ ਨਹੀਂ ਕਰਦੇ ਹੈਗੇ ਮੈਂ ਕਹਾ ਕਿਰਪਾਨ ਤੁਸੀਂ ਬੈਗ ਚ ਲਾਉ ਨਹੀਂ ਕਰਦੇ ਮੈਂ ਪਹਿਨ ਕੇ ਤਾਂ ਜਾ ਸਕਦਾ ਸੀਸੀਟੀਵੀ ਕੈਮਰੇ ਦੀਆਂ ਫੋਟੋਆਂ ਨੇ ਤਸਵੀਰਾਂ ਨੇ ਉਹਨਾਂ ਦੇ ਕੋਲ ਉਸੇ ਸਮੇਂ ਮੈਂ ਬੈਗ ਦੇ ਵਿੱਚੋਂ ਕਿਰਪਾਨ ਕੱਢੀ ਕਿਰਪਾਨ ਕੱਢ ਕੇ ਬੈਗ ਦੇ ਵਿੱਚੋਂ ਮੈਂ ਗਾਤਰੇ ਕਿਰਪਾਨ ਪਾ ਲਈ ਹੁਣ ਤਾਂ ਮੈਂ 9 ਇੰਚ ਦੀ ਕਿਰਪਾਨ ਹੈ ਮੇਰੀ ਹੁਣ ਤਾਂ ਅਧਿਕਾਰ ਹੈ ਮੈਂ ਜਾ ਸਕਦਾ ਕਹਿੰਦੇ ਨਹੀਂ ਜੀ ਸਾਨੂੰ ਅਫਸਰਾਂ ਕੋਲੋਂ ਪੁੱਛਣਾ ਚਾਹੀਦਾ ਫਿਰ ਵਾਰ-ਵਾਰ ਮੈਂ ਕਹਿ ਰਿਹਾ ਸੀ 8:44 ਹੋ ਚੁੱਕੇ ਸੀ ਉਹ ਜੋ ਮੈਂ ਕਿਰਪਾਨ ਪਾਈ ਜਦੋਂ ਮੈਂ ਲਾਈਵ ਵੀਡੀਓ ਬਣਾਈ ਉਸ ਤੋਂ ਪਹਿਲਾਂ ਵੀ ਇੱਕ ਵੀਡੀਓ ਬਣਾਈ ਮੈਂ 8:44 ਤੇ ਜਾਨੀ ਕਿ 15 ਮਿੰਟ ਤੇ 10 ਮਿੰਟ 25 ਮਿੰਟ ਪਈ ਸੀ ਫਲਾਈਟ ਉਡਣ ਨੂੰ ਡੋਮੈਸਟਿਕ 에ਅਰਪੋਰਟ ਤੇ ਜਿਹੜਾ ਕਿ 5 ਮਿੰਟ ਦੇ ਵਿੱਚ ਕਲੀਅਰ ਕਰ ਸਕਦੇ ਸੀਗੇ 25 ਮਿੰਟ ਪਏ ਸੀਗੇ ਲੇਕਿਨ ਉੱਥੇ ਮੇਰੀ ਬਹਿਸ ਇਹੀ ਹੁੰਦੀ ਰਹੀ ਆਖਰ ਉਹ ਕਹਿੰਦੇ ਵੀ ਤੁਸੀਂ ਫਿਰ ਇਹਦਾ ਬੈਗ ਆਪਣਾ ਕਿਰਪਾਨ ਛੱਡ ਕੇ ਜਾ ਸਕਦੇ ਹੋ ਕਿਰਪਾਨ ਛੱਡ ਕੇ ਨਹੀਂ ਜਾ ਸਕਦੇ ਮੈਂ ਤੇ ਫਲਾਈਟ ਮਿਸ ਹੋ ਸਕਦੀ ਆ ਤੇ ਇਹ ਮੁੱਦਾ ਮੇਨ ਸੀਗਾ ਕਿ ਮੈਨੂੰ ਕਿਰਪਾਨ ਤੋਂ ਰੋਕਿਆ ਗਿਆ ਜੀ ਉਹ ਭਾਵੇਂ ਬਹਾਨਾ ਸੀ ਉਹਨਾਂ ਦਾ ਕਿ ਟਾਈਮ ਘਟਾ ਸਾਡੇ ਕੋਲ ਟਾਈਮ ਪੂਰਾ ਹੋ ਚੁੱਕਿਆ ਹੈ ਲੇਕਿਨ ਮੇਨ ਕਿਰਪਾਨ ਨੂੰ ਲੈ ਕੇ ਹੀ 15 ਮਿੰਟ 20 ਮਿੰਟ ਨਿਕਲ ਚੁੱਕੇ ਸੀ ਟਾਈਮ ਓਵਰ ਹੋ ਚੁੱਕਿਆ ਸੀ ਮੈਨੂੰ ਤਾਂ ਇੱਥੇ ਤੱਕ ਲੱਗਦਾ ਜਿਹੜੇ ਉੱਥੇ ਬੱਚੇ ਉਹ ਨਵੇਂ ਸਟੂਡੈਂਟ ਉਹਨਾਂ ਦੇ ਭਰਤੀ ਕੀਤੇ ਜਾਂਦੇ ਨੇ ਜਾਂ ਜਿਹੜੇ ਨਵੇਂ EMPLOYE ਨੇ ਉਹਨਾਂ ਨੂੰ ਪ੍ਰੋਪਰ ਜਾਣਕਾਰੀ ਨਹੀਂ ਦਿੱਤੀ ਜਾਂਦੀ ਵੀ ਇਹ ਸਿੱਖਾਂ ਦਾ ਕੀ ਅਧਿਕਾਰ ਹੈਗਾ ਕੀ ਸਿੱਖ ਕਿਰਪਾਨ ਕਿੰਨੇ ਇੰਚ ਦੀ ਲਗਾ ਸਕਦੇ ਨੇ ਜਿਹਦੇ ਨਾਲ ਉੱਥੇ ਜਦੋਂ ਟਾਈਮ ਉੱਪਰ ਹੋ ਗਿਆ ਫਿਰ ਤੁਹਾਡੇ ਹੱਥ ਕੁਝ ਵੀ ਨਹੀਂ ਹੈ ਤੇ ਉਦੋਂ ਟਾਈਮ ਓਵਰ ਹੋ ਗਿਆ ਤੇ ਉਹਨਾਂ ਕੋਲ ਇੱਕੋ ਸ਼ਬਦ ਸੀ ਸੌਰੀ ਅਸੀਂ ਕੁਝ ਨਹੀਂ ਕਰ ਸਕਦੇ ਤੇ ਪਰ ਜਿਹੜਾ ਸੰਵਿਧਾਨ ਹੈ ਉਹ ਜਿਸ ਤਰ੍ਹਾਂ ਤੁਸੀਂ ਵੀ ਦੱਸਿਆ ਕਿ 9 ਇੰਚ ਦੀ ਸਰੀਰ ਸਾਹਿਬ ਦੀ ਇਜਾਜ਼ਤ ਦਿੰਦਾ ਕਿਉਂਕਿ ਪਹਿਲਾਂ ਇੱਕ ਵਾਰ ਇਹ ਮਸਲਾ ਗਰਮਾਇਆ ਸੀ ਉਸ ਤੋਂ ਬਾਅਦ ਇਸ ਦੀ ਪਰਮਿਸ਼ਨ ਜਿਹੜੀ ਹੈ ਉਹ ਸਭ ਨੂੰ ਪਤਾ ਲੱਗ ਚੁੱਕੀ ਸੀ 에어ਪੋਰਟ ਤੇ ਖਾਸ ਤੌਰ ਤੇ ਜਦੋਂ ਕੋਈ ਜੌਬ ਕਰਨ ਲਈ ਆਏਗਾ ਤੇ ਉਹਨੂੰ ਡੈਫੀਨਿਟਲੀ ਦੱਸਿਆ ਜਾਣਾ ਚਾਹੀਦਾ ਕਿਉਂਕਿ ਹਰ ਰੋਜ਼ ਹਜ਼ਾਰਾਂ ਲੱਖਾਂ ਸਿੱਖ ਹੈ ਜਿਹੜੇ ਉਹ ਸਫ਼ਰ ਕਰਦੇ ਆ ਫਿਰ ਇਹ ਕਿਉਂ ਇਹਨਾਂ ਨੇ ਇਸ ਤਰ੍ਹਾਂ ਦਾ ਵਿਤਕਰਾ ਕੀਤਾ ਉਹ ਤਾਂ ਹੁਣ ਉਹ ਜਾਣਦੇ ਨਹੀਂ ਜੀ ਕਿਉਂ ਰੋਕਿਆ ਗਿਆ ਉੱਥੇ ਮੈਨੂੰ ਤੇ ਉਹਦੇ ਨਾਲ ਹੋਰ ਸਟੱਡੀ ਕਰਨ ਤੇ ਵੀ ਮਿਲਿਆ 24 2023 ਦੇ ਵਿੱਚ ਇਹਨਾਂ ਵੱਲੋਂ ਇੱਕ ਸਰਕੂਲਰ ਕੱਢਿਆ ਜਾਂਦਾ ਜਿਹਦੇ ਵਿੱਚ 20 ਨੰਬਰ ਦੇ ਉੱਤੇ ਬੰਨ ਤੇ 2 ਪੇਜ ਉਹ ਹੁੰਦਾ ਹਾਂ ਉਹਦੇ ਉੱਤੇ ਕੀ ਲਿਖਿਆ ਹੋਇਆ ਕਿ ਸਿੱਖ 9 ਇੰਚ ਤੋਂ ਲੈ ਕੇ 9 ਇੰਚ ਕਿਰਪਾਨ ਪਾ ਕੇ ਜਾ ਸਕਦਾ ਸਿੱਖ ਜਾ ਸਕਦਾ ਦੂਜਾ ਬੰਦਾ ਨਹੀਂ ਜਾ ਸਕਦਾ ਇਹ ਵੀ ਵਧੀਆ ਗੱਲ ਕੀਤੀ ਹੈ ਲੇਕਿਨ ਉਹਦੇ ਦੂਜੇ ਦੂਜੇ ਪੱਖ ਦੇ ਵਿੱਚ ਵੀ ਤਾਂ ਪੜ੍ਹਨਾ ਚਾਹੀਦਾ ਉੱਥੇ ਲਿਖਿਆ ਇਮਪਲਾਈ ਜਿਹੜਾ ਹੈ ਨੌਕਰੀ ਕਰਨ ਵਾਲਾ ਜਿਹੜਾ ਉਹ ਕਿਰਪਾਨ ਪਾ ਕੇ ਡਿਊਟੀ ਨਹੀਂ ਕਰ ਸਕਦਾ ਮੰਨ ਲਓ ਕੱਲੋਂ ਮੇਰੇ ਵਿੱਚ ਯੋਗਤਾ ਹੈ ਤੁਹਾਡੇ ਵਿੱਚ ਯੋਗਤਾ ਹੈ ਤੁਹਾਡੇ ਬੱਚਿਆਂ ਵਿੱਚ ਯੋਗਤਾ ਹੈ ਉਹ ਨੌਕਰੀ ਕਰਨਾ ਚਾਹੁੰਦੇ ਨੇ ਉਹਨਾਂ ਨੂੰ 에ਰਪੋਰਟ ਦੇ ਉੱਤੇ ਕਿਰਪਾਨ ਪਾ ਕੇ ਜੌਬ ਨਹੀਂ ਕਰਨ ਦਿੱਤੀ ਜਾਊਗੀ ਅਸੀਂ ਤਾਂ 2 ਤੋਂ 4 ਘੰਟੇ ਦਾ ਵੀ ਛੋਟਾ ਚੱਲ ਲੰਨੇ ਆ ਕਿਰਪਾਨ ਦਾ ਦੁਖੀ ਹੋ ਕੇ ਚੱਲਦੇ ਆ ਜਿਹੜੇ ਵੀਰ ਬਾਹਰ ਜਾਂਦੇ ਨੇ ਅਮਰੀਕਾ ਕੈਨੇਡਾ 8 8 10 10 ਘੰਟੇ ਦੀ ਫਲਾਈਟ ਲੈਂਦੇ ਨੇ ਐਦਾਂ ਦੇ ਵੀਰ ਮੈਨੂੰ ਮਿਲੇ ਨੇ ਜਿਹੜੇ ਕਹਿੰਦੇ ਭਾਈ ਸਾਹਿਬ ਜੀ ਸਾਡੇ ਕੋਲ ਆਹੀ ਹਾਲ ਹੁੰਦਾ ਸੀ ਉਹਦੋਂ ਅਰਦਾਸ ਕਰ ਦਿੰਨੇ ਆ ਦੁਖੀ ਹਿਰਦੇ ਨਾਲ ਅਰਦਾਸ ਕਰਦੇ ਆ ਸੱਚੇ ਪਾਤਸ਼ਾ ਸਾਨੂੰ ਕਦੋਂ ਆਜ਼ਾਦੀ ਮਿਲੂਗੀ ਅਸੀਂ ਛੋਟੀ ਜੀ ਸ੍ਰੀ ਸਾਹਿਬ ਵੀ ਨਹੀਂ ਪਾ ਕੇ ਲੈ ਜਾ ਸਕਦੇ ਸਾਨੂੰ ਕਦੋਂ ਆਜ਼ਾਦੀ ਮਿਲੂਗੀ ਕਦੋਂ ਅਸੀਂ ਆਜ਼ਾਦ ਹੋਵਾਂਗੇ ਆਪਣੇ ਕਾਕਾਰ ਪਹਿਨ ਕੇ ਅਸੀਂ ਪੂਰੀ ਦੁਨੀਆ ਵਿੱਚ ਜਾ ਸਕਦੇ ਆ ਅਸੀਂ ਦੱਸ ਚੁੱਕੇ ਆ ਵੀ ਅਸੀਂ ਰਾਖੇ ਆ ਨਾ ਕਿ ਅਸੀਂ ਕ੍ਰਿਮੀਨਲ ਲੋਗ ਆ ਅਸੀਂ ਜਿੱਤਾਂ ਬਚਾਉਣ ਵਾਲੇ ਆ ਨਾ ਕਿ ਜਿੱਤਾਂ ਲੁੱਟਣ ਵਾਲੇ ਆ ਉਹ ਲੋਕਾਂ ਤੱਕ ਤੱਥ ਪਹੁੰਚਾ ਚੁੱਕੇ ਨੇ ਲੇਕਿਨ ਜਦੋਂ ਉਹਨਾਂ ਤੋਂ ਸ੍ਰੀ ਸਾਹਿਬ ਵੱਖ ਕੀਤੀ ਜਾਂਦੀ ਹੈ ਸ੍ਰੀ ਸਾਹਿਬ ਯੁਦਾ ਕੀਤੀ ਜਾਂਦੀ ਹੈ ਵੀ ਚੈੱਕ ਇਨ ਬੈਗ ਦੇ ਵਿੱਚ ਜਾਏਗੀ ਸ੍ਰੀ ਸਾਹਿਬ ਉਹ ਭਾਵੇਂ ਅਸੀਂ ਜਦੋਂ ਆਸਟ੍ਰੇਲੀਆ ਗਏ ਆ ਸਾਡੇ ਕੋਲੋਂ ਕਟੋ-ਕਟ ਵੀ 17-18 ਘੰਟੇ ਇਥੋਂ ਹਾਂਗਕਾਂਗ 에ਰਪੋਰਟ ਤੇ ਗਏ ਹਾਂਗਕਾਂਗ ਸਾਡੀ ਸਟੇ ਹੋਈ ਹਾਂਗਕਾਂਗ ਤੋਂ ਅਸੀਂ ਆਸਟ੍ਰੇਲੀਆ ਜਾ ਕੇ ਕਿਰਪਾਨਾਂ ਪਾਈਆਂ ਉਹ ਜਿਹੜਾ ਟਾਈਮ ਸੀ ਤੇ ਉਹ ਟਾਈਮ ਦੇ ਵਿੱਚ ਆਪਣੇ ਸ੍ਰੀ ਸਾਹਿਬ ਦੇ ਨਾਲੋਂ ਵਿਛੋੜਾ ਬੜਾ ਦੁੱਖਦਾਈ ਵਿਛੋੜਾ ਸੀ ਵੀ ਨਹੀਂ ਪਰ ਜਿਹੜੇ ਲੋਕਾਂ ਦੇ ਨਾਲ ਹੁੰਦਾ ਬਾਰ ਵੀਰ ਬੈਠੇ ਨੇ ਇਹ ਕਦੋਂ ਸੰਵਿਧਾਨ ਲਾਗੂ ਹੋਊਗਾ ਤੇ ਜਿਹੜੇ ਨੌਕਰੀ ਕਰਨਾ ਚਾਹੁੰਦੇ ਨੇ ਉਹ ਤਾਂ 에ਰਪੋਰਟ ਤੇ ਜੌਬ ਕਰੇ ਨਹੀਂ ਸਕਦੇ ਕਰਪਾਨ ਨਹੀਂ ਪਾ ਸਕਦੇ ਪੜ ਲਓ ਲਿਖਿਆ ਹੋਇਆ ਹੈ ਗਵਰਨਮੈਂਟ ਨੂੰ ਹੁਣ ਇਹਦਾ ਹੱਲ ਲੱਭਣਾ ਚਾਹੀਦਾ ਇਹਦੇ ਬਾਬਤ ਤੁਹਾਡੀ 에어ਪੋਰਟ ਜਿਹੜੀ ਅਥਾਰਟੀ ਸੀ ਉਹਦੇ ਨਾਲ ਕੋਈ ਗੱਲ ਹੋਈ ਉਹਦੇ ਨਾਲ ਤੁਸੀਂ ਪੁੱਛਿਆ ਉਹਨਾਂ ਨੂੰ ਸਵਾਲ ਪੁੱਛਿਆ ਜੀ ਨਾ ਇਸ ਵਿਸ਼ੇ ਤੇ ਨਹੀਂ ਹੋਈ ਜਿਹੜੀ ਮੇਰੀ ਕਿਰਪਾਨ ਨੂੰ ਲੈ ਕੇ ਉਹਨਾਂ ਦੇ ਫੋਨ ਆਇਆ ਮੈਨੂੰ ਬੜੇ ਸਤਕਾਰ ਨਾਲ ਬੋਲੇ ਨੇ ਮੈਂ ਮਾੜਾ ਨਹੀਂ ਕਹਾਂਗਾ ਵੀ 에어ਲਾਈਨ ਗੰਦੀ ਹੋ ਗਈ ਜੀ ਕਿਉਂਕਿ ਸਾਡੇ ਵੀਰ ਸਫਰ ਕਰਦੇ ਨੇ ਇੰਡਿਗੋ 에어ਲਾਈਨ ਦੇ ਵੀ ਕਰਦੇ ਨੇ ਵਧੀਆ ਕਰਦੇ ਨੇ ਅੱਜ ਤੱਕ ਮੈਨੂੰ ਨਹੀਂ ਕੀਤਾ ਲੇਕਿਨ ਕਿਤੇ ਨਾ ਕਿਤੇ ਜਾ ਕੇ ਕਿਤੇ ਨਾ ਕਿਤੇ ਜਾ ਕੇ ਹਲੇ ਕਮੀਆਂ ਹੈਗੀਆਂ ਨੇ ਜਿਹੜੀਆਂ ਸਾਨੂੰ ਸੁਧਾਰ ਕਰਨੀਆਂ ਪੈਣੀਆਂ ਕੀ ਗੱਲ ਕੀ ਹੋਈ ਤੁਸੀਂ ਕਹਿੰਿਆ ਮੈਨੂੰ ਕਾਲਸ ਆਈਆਂ ਜਾਂ ਮੈਨੂੰ ਕੋਈ ਚਿੱਠੀ ਪੱਤਰ ਦਿੱਤਾ ਜਾਂ ਕੀ ਗੱਲ ਕੀ ਗੱਲ ਕੀ ਕਹਿੰਦੇ ਉਹ ਹੈਗੀਆਂ ਹੈਗੀਆਂ ਨੇ ਕੀ ਕਹਿੰਦੇ ਉਹਨਾਂ ਨੇ ਮੈਨੂੰ ਇੱਕੋ ਗੱਲ ਕਹੇ ਕਿ ਉਸ ਸਮੇਂ ਟਾਈਮ ਲੇਟ ਹੋ ਚੁੱਕਿਆ ਸੀ 8:32 ਮਿੰਟ ਹੋ ਚੁੱਕੇ ਸੀ ਤੇ ਇਸ ਕਰਕੇ ਤੁਹਾਨੂੰ ਨਹੀਂ ਜਾਣ ਦਿੱਤਾ ਗਿਆ ਹੋਣਾ ਜੀ ਗੱਲ ਕਰਦੇ ਰਹੇ ਅਧਿਕਾਰੀਆਂ ਨਾਲ ਸਾਨੂੰ ਇਹ ਦੱਸਿਆ ਮੈਂ ਕਿਹਾ ਉਸ ਸਮੇਂ ਤਾਂ ਪੂਣਾ ਘੰਟਾ ਪਿਆ ਸੀ ਮੈਂ ਪਹਿਲਾਂ ਵੀ ਇਦਾਂ ਕਈ ਵਾਰ ਮੇਰੇ ਨਾਲ ਹੋਇਆ ਕੀ 15 20 ਮਿੰਟ ਪਹਿਲਾਂ ਵੀ ਅਸੀਂ ਪਹੁੰਚਿਆ ਬੈਗ ਚੱਕ ਕੇ ਲੇਕਿਨ ਮੇਨ ਗੱਲ ਸੀ ਕਿ ਚੈੱਕ ਇਨ ਬੈਗ ਜਿਹੜੇ ਸੀ ਉਹ ਲੈ ਕੇ ਜਾਣਾ ਅਲਾਉਡ ਕਰ ਦਿੱਤਾ ਸੀਗਾ ਪਰ ਉਹਦੇ ਵਿੱਚ ਜਦੋਂ ਮੈਂ ਇੱਕ ਗੱਲ ਕਹੀ ਮੇਰੀ ਸਿਰਸਾ ਪਾਈ ਹੋਈ ਆ ਕਿਰਪਾਨ ਹੈਗੀ ਆ ਉਹ ਅਲਾਉਡ ਨਹੀਂ ਕੀਤੀ ਗਈ ਤੇ ਉਹਨੂੰ ਕਿਰਪਾਨ ਨੂੰ ਫਿਰ ਕੱਢ ਕੇ ਮੈਂ ਗਲੇ ਵਿੱਚ ਪਾਇਆ ਵੀ ਹੁਣ ਤਾਂ ਮੈਂ ਜਾ ਸਕਦਾ ਫਿਰ ਵੀ ਉਹਨਾਂ ਨੇ ਟਾਈਮ ਲੰਘਾ ਦਿੱਤਾ ਇਸ ਗੱਲ ਨੂੰ ਮਤਲਬ ਕਿ ਪ੍ਰੋਪਰ ਤਰੀਕੇ ਦੇ ਨਾਲ ਉਹ ਨਾ ਮੈਨੂੰ ਸਮਝਾ ਸਕੇ ਨਾ ਉਹ ਆਪਣਾ ਕੋਈ ਹੱਲ ਲੱਭ ਸਕੇ ਵੀ ਸਾਡੇ ਕੋਲ ਹੱਲ ਕੀ ਹੈ ਤੇ ਹਾਂ ਇਹ ਹੋ ਸਕਦਾ ਹੱਲ ਹੋ ਸਕਦੇ ਨੇ ਕਿ ਕੱਲ ਨੂੰ ਸਾਡਾ ਕੋਈ ਕਕਾਰ ਸਿੱਖ ਦਾ ਰਹਿ ਜਾਂਦਾ ਉੱਥੇ ਜਿਆ ਰੱਖ ਲੰਦੇ ਨੇ ਉਹ ਕਿੰਨੇ ਕੁ ਸਤਕਾਰ ਦੇ ਨਾਲ ਉਹਨਾਂ ਦੇ ਘਰ ਤੱਕ ਪਹੁੰਚਾਉਂਦੇ ਨੇ ਹੋਰ ਵੱਡੇ ਵੀਰ ਨੇ ਉਹਨਾਂ ਦੀ ਮੰਨ ਲਓ ਕਿਸੇ ਨੇ ਕਿਰਪਾਨ ਪਾਈ ਉਹਨੂੰ ਕਹਿਣ ਵੀ ਕੱਢ ਕੇ ਬਾਅਦ ਉਹ ਕਿਰਪਾਨਾ ਕਿੱਥੇ ਜਾਂਦੀਆਂ ਹੋਣੀਆਂ ਨੇ ਉਹਨਾਂ ਦੇ ਘਰ ਕਿੱਦਾਂ ਪਹੁੰਚਾਈਆਂ ਜਾਣ ਲੇਕਿਨ ਮੈਨੂੰ ਇਹ ਦਰਸ ਸੀ ਕਿ ਮੈਂ ਸ੍ਰੀ ਸਾਹਿਬ ਇੱਥੇ ਛੱਡ ਕੇ ਨਹੀਂ ਜਾਵਾਂਗਾ ਤੁਸੀਂ ਆਪਣੀ ਫਲਾਈਟ ਮਿਸ ਕਰਤੀ ਪਰ ਜਿਹੜਾ ਆਪਣਾ ਕਕਾਰ ਆਪਣੇ ਤੋਂ ਵੱਖ ਨਹੀਂ ਕੀਤਾ ਵੱਖ ਨਹੀਂ ਕੀਤਾ ਮੈਂ ਆਪਣੀ ਫਲਾਈਟ ਮਿਸ ਕਰਕੇ ਉੱਥੋਂ ਬਾਏ ਆਪਣਾ ਟੈਕਸੀ ਨੂੰ ਆਪਣੇ ਘਰ ਪਹੁੰਚਿਆ। ਨਹੀਂ ਮੈਂ ਦਿੱਲੀ ਤੋਂ ਸਿੱਧਾ ਚੰਡੀਗੜ੍ਹ ਦੀ ਫਲਾਈਟ ਸੀ 10 ਵਜੇ 10 ਵਜੇ ਮੈਨੂੰ ਇੱਥੋਂ ਇਹਨਾਂ ਨੇ ਲੈ ਕੇ ਜਾਣਾ ਸੀ ਗੱਡੀ 'ਚ ਲੇਕਿਨ ਮੈਂ ਸਵੇਰੇ 5 ਸਾਰੀ ਰਾਤ ਜਾ ਕੇ ਸਵੇਰੇ 5-6 ਵਜੇ ਘਰ ਪਹੁੰਚਿਆ ਆਪਣੇ। ਲੇਕਿਨ ਆਪਣਾ ਕਕਾਰ ਛੱਡ ਕੇ ਨਹੀਂ ਆਉਂਦਾ। ਬਹੁਤ ਸਾਰੀਆਂ ਸਿੱਖ ਜਥੇਬੰਦੀਆਂ ਸਭ ਤੋਂ ਵੱਡੀ ਸਰਮੌਰ ਜਥੇਬੰਦੀ ਐ ਐਸਜੀਪੀਸੀ ਐ। ਤੁਹਾਡੀ ਉੱਥੇ ਕੋਈ ਗੱਲਬਾਤ ਹੋਈ ਕਿ ਇਸ ਵਿਸ਼ੇ ਤੇ ਕੀ ਹੱਲ ਐ ਕਿਉਂਕਿ ਤੁਸੀਂ ਇੱਕ ਬੁੱਧੀਜੀਵੀ ਹੋ ਤੁਸੀਂ ਕਿਤਾਬਾਂ ਲਿਖਦੇ ਹੋ ਤੁਸੀਂ ਖੋਜ ਕਰਦੇ ਹੋ ਅਕਸਰ ਤੁਸੀਂ ਜਾਣਦੇ ਹੋ। ਬਹੁਤ ਸਾਰੇ ਬੰਦੇ ਨਵੇਂ ਵੀ ਜਾਂਦੇ ਹੋਣਗੇ ਜੇਕਰ ਉਹਨਾਂ ਨਾਲ ਇਸ ਤਰ੍ਹਾਂ ਦਾ ਵਤੀਰਾ ਹੋਊਗਾ ਤੇ ਉਹ ਕਿਵੇਂ ਕਈ ਲੋਕ ਇਮੋਸ਼ਨਲ ਹੁੰਦੇ ਆ ਦਿਲ ਤੇ ਲਾ ਲੈਂਦੇ ਆ ਕੁਝ ਲੋਕ ਵਾਪਸ ਆ ਜਾਣਗੇ ਜਿਵੇਂ ਤੁਸੀਂ ਵਾਪਸ ਆ ਗਏ ਕਈ ਲੋਕ ਫਿਰ ਉਸ ਤਰ੍ਹਾਂ ਜਿਵੇਂ ਤੁਸੀਂ ਕਿਹਾ ਵੀ ਉਹ ਡਸਟਬਿਨ ਦੇ ਵਿੱਚ ਜਾਂ ਉਸ ਡੱਬੇ ਦੇ ਵਿੱਚ ਛੱਡਣ ਲਈ ਮਜਬੂਰ ਹੋ ਜਾਂ ਮਜਬੂਰ ਹੋ ਜਾਂਦੇ ਕਿਉਂਕਿ ਹਿਰਦੇ ਜਿਹੜਾ ਹੈ ਉੱਥੇ ਜੁੜਿਆ ਹੁੰਦਾ ਕਕਾਰ ਨੇ ਗੁਰੂ ਸਾਹਿਬ ਦੀ ਬਖਸ਼ੀਸ਼ ਹੈ ਫਿਰ ਉਹ ਲੋਕਾਂ ਦੇ ਲਈ ਇਸ ਦੇ ਪ੍ਰਤੀ ਕੋਈ ਨਾ ਕੋਈ ਗੱਲਬਾਤ ਕਰਨੀ ਚਾਹੀਦੀ ਹੈ ਕਿਸੇ ਜੱਥੇਬੰਦੀ ਨੂੰ ਅੱਗੇ ਆ ਕੇ ਕੋਈ ਗੱਲ ਤੋਰਨੀ ਚਾਹੀਦੀ ਹੈ ਜਾਂ ਇਹਦਾ ਕੋਈ ਸੋਲੂਸ਼ਨ ਕੱਢਣਾ ਚਾਹੀਦਾ ਦੇਖ ਤੁਹਾਡੀ ਜਿਹੜੀ ਵੀਡੀਓ ਨੇ ਡੇਲੀ ਪੋਸਟ ਪੂਰੀ ਦੁਨੀਆ ਦੇ ਵਿੱਚ ਜਾਣਿਆ ਜਾਂਦਾ ਅੱਜ ਉਹ ਨਾਮ ਕਮਾ ਚੁੱਕਿਆ ਚੜ੍ਹਦੀ ਕਲਾ ਟਾਈਮ ਟੀਵੀ ਹੋ ਸਾਰੇ ਨੇ ਇਹ ਸਾਰੀ ਵੀਡੀਓ ਜਾਂਦੀਆਂ ਹੋਣੀਆਂ ਨੇ ਇਹਦੇ ਤੇ ਸਭ ਨੂੰ ਹੱਲ ਲੱਭਣਾ ਚਾਹੀਦਾ ਕੋਈ ਇਹ ਕੱਲੀ ਮੇਰੀ ਗੱਲ ਥੋੜੀ ਹੈ ਭਗਵਾਨ ਸਿੰਘ ਖੋਜੀ ਦੀ ਗੱਲ ਆ ਹੋਰ ਬੜੇ ਵੀਰ ਥੱਲੇ ਕਮੈਂਟਾਂ ਦੇ ਵਿੱਚ ਲਿਖਣਗੇ ਸਾਡੇ ਨਾਲ ਵੀ ਹੋਇਆ ਸਾਡੇ ਨਾਲ ਵੀ ਹੋਇਆ ਲੇਕਿਨ ਆਪਾਂ ਪੜਦੇ ਨਾ ਅੱਗੇ ਸਮਝ ਚੱਲੋ ਆਨੰਦ ਲਾਲਾ ਪਾਛੇ ਜੋ ਵੀ ਤੀਸੂ ਬੀਤੀ ਇਹ ਤਾਂ ਹਮੇਸ਼ਾ ਦੇ ਲਈ ਹਮੇਸ਼ਾ ਦੇ ਲਈ ਸਫ਼ਰ ਜਾਰੀ ਰਹਿਣੇ ਨੇ ਅਸੀਂ ਟ੍ਰੇਨਾਂ ਦੇ ਵਿੱਚ ਵੀ ਜਾਣਾ ਅਸੀਂ ਮੈਟਰੋ ਦੇ ਵਿੱਚ ਵੀ ਜਾਣਾ ਅਸੀਂ ਬਾਇਰ ਵੀ ਜਾਣਾ ਹੋਰ ਵੀ ਜਿਹੜੀਆਂ ਸਹੂਲਤਾਂ ਨੇ ਅਸੀਂ ਉੱਥੇ ਵੀ ਜਾਣਾ ਸਾਡੇ ਵੀਰਾਂ ਨੇ ਪਾਇਲਟ ਵੀ ਬਣਨਾ ਗੱਲੋਂ ਠੀਕ ਹੈ ਨਾ 에어ਪੋਰਟ ਦੇ ਅਧਿਕਾਰੀ ਵੀ ਬਣਨਾ ਕਿ ਉਹ ਨੌਕਰੀ ਪਿੱਛੇ ਜਦੋਂ ਉਹ ਇੱਕ ਗੱਲ ਕਹੀ ਜਾਂਦੀ ਵੀ ਤੂੰ ਕਿਰਪਾਨ ਪਾ ਕੇ ਨੌਕਰੀ ਨਹੀਂ ਕਰ ਸਕਦਾ ਉਹ ਆਪਣੀ 10 ਤੋਂ 20 ਸਾਲਾਂ ਦੀ ਮਿਹਨਤ ਹੋਏਗੀ ਉੱਥੇ ਦੋ ਹੀ ਫੈਸਲੇ ਹੋਣਗੇ ਜਾ ਉਹ ਮਿਹਨਤ ਛੱਡੂਗਾ ਜਾਂ ਫਿਰ ਕਕਾਰ ਤੋਂ ਵੱਖਰਾ ਹੋਊਗਾ ਗੁਰੂ ਸਾਹਿਬ ਦੀ ਬਖਸ਼ੀਸ਼ ਤੋਂ ਵੱਖਰਾ ਹੋ ਜਾਊਗਾ ਸਾਹਿਬ ਦੀ ਬਖਸ਼ੀਸ਼ ਤੋਂ ਵੱਖਰਾ ਹੋਊਗਾ ਇਹਦੇ ਲਈ ਸਾਡੇ ਕੋਲ ਅੱਗੇ ਕੀ ਬਲੂਪ੍ਰਿੰਟ ਹੈਗਾ ਇਹਦੇ ਲਈ ਸਾਡੇ ਕੋਲ ਅੱਗੇ ਕੀ ਸੋਚ ਹੈਗੀ ਆ ਸਾਡੇ ਐਸਜੀਪੀਸੀ ਦੇ ਐਡਵੋਕੇਟ ਧਾਮੀ ਸਾਹਿਬ ਇੱਕ ਐਡਵੋਕੇਟ ਨੇ ਬਹੁਤ ਸਿਆਣੇ ਸੁਲਝੇ ਹੋਏ ਨੇ ਉਹਨਾਂ ਨੂੰ ਇਸ ਗੱਲ ਨੂੰ ਮੁੱਦੇ ਨੂੰ ਅੱਗੇ ਲੈ ਕੇ ਆਉਣਾ ਚਾਹੀਦਾ ਅੱਗੇ ਕੀ ਹੋਣਾ ਚਾਹੀਦਾ ਅੱਗੇ ਕਿਸੇ ਦੇ ਨਾਲ ਪਾਣਾ ਨਾ ਵਾਪਰੇ ਸੋ ਹਮੇਸ਼ਾ ਅਸੀਂ ਦੇਖਦੇ ਆ ਕਿ ਜੋ ਵੀ ਗੁਰੂ ਸਾਹਿਬ ਦੇ ਸਿੱਖ ਨੇ ਉਹ ਆਪਣੇ ਕਕਾਰਾਂ ਨੂੰ ਆਪਣੀ ਮਰਿਆਦਾ ਨੂੰ ਗੁਰਬਾਣੀ ਨੂੰ ਗੁਰੂ ਨੂੰ ਸਭ ਤੋਂ ਅੱਗੇ ਰੱਖਦੇ ਆ ਔਰ ਇਹਨਾਂ ਪਰਛੇ ਜਾਨ ਨਿਸ਼ਾਵਰ ਕਰ ਦਿੰਦੇ ਆ ਕਹਿ ਲਈਏ ਕਿ ਇੱਕ ਸਿੱਖ ਦੀ ਪਹਿਚਾਨ ਉਸ ਦੀ ਮਰਿਆਦਾ ਤੇ ਉਸ ਦੇ ਕਕਾਰ ਨੇ ਪਰ ਇਹਨਾਂ ਨੂੰ ਇਸ ਬਤੀਰੇ ਦਾ ਇਸ ਕਰਕੇ ਵੀ ਵੱਧ ਦੁੱਖ ਹੈ ਕਿ ਮੈਂ ਤਾਂ ਇੱਕ ਗੱਲ ਕਰ ਲਈ ਆ ਅੱਗੇ ਹੋ ਕੇ ਗੱਲਬਾਤ ਕਰ ਲਈ ਅੱਜ ਮੀਡੀਆ ਦੇ ਵਿੱਚ ਵੀ ਗੱਲ ਕਰ ਰਹੇ ਆ ਪਰ ਬਹੁਤ ਸਾਰੇ ਲੋਕ ਅਜਿਹੇ ਨੇ ਜਿਹੜੇ ਆਪਣੀ ਆਵਾਜ਼ ਨੂੰ ਦੱਬ ਲੈਂਦੇ ਆ ਉਹ ਮਜਬੂਰੀ ਦੇ ਵਿੱਚ ਜਾਂ ਤੱਕ ਆਕਾਰ ਛੱਡ ਜਾਂਦੇ ਆ ਜਾਂ ਫਿਰ ਕੋਈ ਲੋਕ ਇਦਾਂ ਦੇ ਵੀ ਹੈ ਉਹ ਉਥੇ ਲੜਾਈ ਝਗੜੇ ਤੋਂ ਡਰਦੇ ਹੋਏ ਵਾਪਸੀ ਦੀ ਆਜਣਾ ਜਿਵੇਂ ਇਹਨਾਂ ਨੇ ਆਪਣੀ ਫਲਾਈਟ ਮਿਸ ਕਰ ਲਈ ਫਲਾਈਟ ਮਿਸ ਕਰਨਾ ਬਿਹਤਰ ਸਮਝਿਆ بجائے ਇਸ ਦੇ ਕਿ ਆਪਣੀ ਸਰੀਰ ਸਾਭ ਉਥੇ ਛੱਡ ਕੇ ਫਲਾਈਟ ਚੜਨ ਸੋ ਇਸ ਤਰ੍ਹਾਂ ਦੇ ਲੋਕ ਬਹੁਤ ਘੱਟ ਨੇ ਕਮੈਂਟ ਬਾਕਸ ਦੇ ਵਿੱਚ ਇਹਨਾਂ ਨੇ ਕਿਹਾ ਕਿ ਬਹੁਤ ਸਾਰੇ ਲੋਕ ਲਿਖਣਗੇ ਕਿ ਮੇਰੇ ਨਾਲ ਵੀ ਇਸ ਤਰ੍ਹਾਂ ਹੋਇਆ ਤਾਂ ਉੱਥੋਂ ਵੀ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਕਿੰਨੇ ਲੋਕਾਂ ਦੇ ਨਾਲ ਹਰ ਰੋਜ਼ ਇਸ ਤਰ੍ਹਾਂ ਦਾ ਵਤੀਰਾ ਹੋ ਰਿਹਾ ਹੈ ਇੱਥੇ ਚਾਹੀਦਾ ਜਿਹੜੀਆਂ ਅਥਾਰਟੀਜ਼ ਨੇ ਜਿਹੜੀਆਂ ਹਾਈ ਅਥਾਰਟੀਜ਼ ਨੇ ਸੰਸਥਾਵਾਂ ਨੇ ਕਿ ਇਸ ਬਾਬਤ ਇੱਕ ਆਵਾਜ਼ ਚੁੱਕੀ ਜਾਵੇ ਇਸ ਬਾਬਤ ਕੋਈ ਨਵੇਂ ਸੰਵਿਧਾਨ ਦੀ ਮੰਗ ਕੀਤੀ ਜਾਵੇ ਕਿਸੇ ਨਵੇਂ ਕਾਨੂੰਨ ਦੀ ਮੰਗ ਕੀਤੀ ਜਾਵੇ ਤਾਂ ਜੋ ਇਸ ਤਰ੍ਹਾਂ ਸਿੱਖਾਂ ਦੇ ਹਿਰਦੇ ਬਲੁੰਦਰੇ ਨਾ ਜਾਣ ਉਹ 8-8 ਘੰਟੇ ਆਪਣੇ ਕਕਾਰਾਂ ਤੋਂ ਦੂਰ ਨਾ ਹੋਣ ਚਾਹੇ ਉਹ ਮਜਬੂਰੀ ਦੇ ਵਿੱਚ ਅਰਦਾਸ ਕਰਕੇ ਕਰਨ ਚਾਹੇ ਜਿਵੇਂ ਮਰਜ਼ੀ ਕਰਨ ਪਰ ਉਹਨਾਂ ਨੂੰ ਅਧਿਕਾਰ ਪੂਰਾ ਹੋਣਾ ਚਾਹੀਦਾ ਚਾਹੇ ਕੋਈ ਵੀ ਪ੍ਰਵਧਾਨ ਉਸ ਦਾ ਕੱਢਿਆ ਜਾਵੇ ਤੁਸੀਂ ਕੀ ਸੋਚਦੇ ਹੋ ਇਸ ਦਾ ਕੀ ਪ੍ਰਵਧਾਨ ਹੋਣਾ ਚਾਹੀਦਾ ਵੀ ਸਰ ਬਹੁਤ ਸਿਆਣੇ ਤੇ ਸੂਝਵਾਨ ਬੈਠੇ ਨੇ ਸੀਰੀ ਸਾਹਿਬ ਨੂੰ ਲੈ ਕੇ ਹੀ ਵੀ ਸੀਰੀ ਸਾਹਿਬ ਜਾ ਤਾਂ ਹੁਣ ਮੈਂ ਇਸ ਤੇ ਨਹੀਂ ਦੱਸ ਸਕਦਾ ਵੀ ਸੀਰੀ ਸਾਹਿਬ ਕੋਈ ਏਦਾਂ ਦੀ ਤਿਆਰ ਕੀਤੀ ਜਾਵੇ ਕਿ 에어ਪੋਰਟ ਤੇ ਤੁਸੀਂ ਲਿਜਾ ਸਕਦੇ ਹੋ ਤਾਂ ਕੋਈ ਖਤਰਾ ਨਹੀਂ ਹੈ। ਇਹ ਨਹੀਂ ਪਲਾਸਟਿਕ ਦੀ ਬਣਾ ਕੇ ਭੇਜ ਦਿਓ। ਮਤਲਬ ਕਿ ਸੀਰੀ ਸਾਹਿਬ ਦਾ ਕੋਈ ਏਦਾਂ ਦਾ ਵੀ ਇਹ ਸੀਰੀ ਸਾਹਿਬ ਜਿਹੜੀ ਹੈ ਇਹ ਪਾ ਕੇ ਜਾ ਸਕਦਾ। ਜੀ। ਠੀਕ ਹੈ ਨਾ। ਉਹਦੇ ਲਈ ਬੜੇ ਹੱਲ ਨੇ ਹੋ ਸਕਦੇ ਨੇ। ਇਹਦੇ ਉੱਤੇ ਤਾਂ ਵੀ ਇੱਕ ਕੱਲਾ ਬੰਦਾ ਰਏ ਨਹੀਂ ਦੇ ਸਕਦਾ। ਤੁਹਾਡੇ ਕਮੈਂਟ ਵਿੱਚ ਬਹੁਤ ਰਏ ਆਉਣਗੀਆਂ। ਤੇ ਇਹਦੇ ਤੇ ਸਾਡੀ ਐਸਜੀਪੀਸੀ ਦਿੱਲੀ ਕਮੇਟੀ ਜਿਹੜੀ ਕੋਈ ਸੈਮੀਨਾਰ ਰੱਖੇ ਸਾਰਿਆਂ ਨੂੰ ਇਕੱਠੇ ਸੱਦੇ ਵੀ ਹਾਂ ਇਹਦਾ ਹੱਲ ਕੀ ਹੋ ਸਕਦਾ ਗੱਲ ਤਾਂ ਹੱਲ ਲੱਭਣ ਦੀ ਹੈ ਉਹ ਹੱਲ ਲਿਜਾ ਕੇ ਸਰਕਾਰ ਕੋਲ ਪੇਸ਼ ਕੀਤਾ ਜਾਵੇ ਤਾਂ ਕਿ ਕੱਲ ਨੂੰ ਅੱਜ ਹੋਇਆ ਕੱਲ ਫੇਰ ਹੋਏਗਾ ਪਰਸੋਂ ਫੇਰ ਹੋਏਗਾ ਹਮੇਸ਼ਾ ਇਹ ਸਰਕਾਰ ਨੂੰ ਵੀ ਮੁਸ਼ਕਲਾਂ ਚ ਲੜਨੀਆਂ ਪੈਣੀਆਂ ਨੇ ਠੀਕ ਹੈ ਉਹਨਾਂ ਦੇ ਉੱਤੇ ਵੀ ਆਏ ਦੇ ਨੰਗਲਾਂ ਖੜੀਆਂ ਹੋਣੀਆਂ ਨੇ ਤੇ ਇਹਦਾ ਹੱਲ ਲੱਭ ਲਿੱਤਾ ਜਾਵੇ ਤਾਂ ਸਿੱਖ ਵੀ ਸੁਖੀ ਬਸੇਗਾ ਤੇ ਸਰਕਾਰਾਂ ਵੀ ਸੁਖੀ ਬਸਣਗੀਆਂ ਖੋਜੀ ਸਾਹਿਬ ਨੇ ਬਹੁਤ ਅੱਛੀ ਗੱਲ ਕਹਤੀ ਹੈ ਕਿ ਤੁਹਾਡੇ ਸਾਰਿਆਂ ਕੋਲ ਇਹ ਅਧਿਕਾਰ ਹੈ ਅੱਜ ਤੁਸੀਂ ਆਪਣੇ ਕਮੈਂਟ ਬਾਕਸ ਦੇ ਵਿੱਚ ਇਸ ਦਾ ਕੋਈ ਹੱਲ ਦੱਸ ਸਕਦੇ ਹੋ ਤਾਂ ਜੋ ਉਸ ਹੱਲ ਨੂੰ ਜਿਹੜਾ ਕਿ ਬਹੁਤ ਗਿਣਤੀ ਦੇ ਵਿੱਚ ਹੱਲ ਹੋਊਗਾ ਉਸ ਦਾ ਨਿਚੋੜ ਕੱਢ ਕੇ ਸਰਕਾਰੀ ਦਰਬਾਰੇ ਇਸ ਦੀ ਆਵਾਜ਼ ਬੁਲੰਦ ਕੀਤੀ ਜਾ ਸਕੇ ਕਿ ਕਿਸ ਤਰ੍ਹਾਂ ਦਾ ਪ੍ਰਵਧਾਨ ਕੱਢ ਸਕਦੇ ਆ ਕਿ ਇੱਕ ਸਿੱਖ ਆਪਣੀ ਸ੍ਰੀ ਸਾਹਿਬ ਆਪਣੇ ਨਾਲ ਲਿਜਾ ਸਕੇ ਤੇ ਅਥਾਰਟिटीज ਨੂੰ ਵੀ ਉਸ 'ਚ ਕੋਈ ਤਕਲੀਫ ਨਾ ਹੋਵੇ ਕੋਈ ਦਿੱਕਤ ਨਾ ਹੋਵੇ ਐਸਾ ਇੱਕ ਸਾਰਥਕ ਹੱਲ ਕੱਢਿਆ ਜਾਵੇ ਕਿ ਦੋਨੋਂ ਧਿਰਾਂ ਤੇ ਸਰਕਾਰਾਂ ਦੇ ਉੱਪਰ ਉਂਗਲੀ ਉਠਣੀ ਵੀ ਬੰਦ ਹੋ ਜਾਵੇ। ਸੋ ਤੁਸੀਂ ਆਪਣੇ ਕਮੈਂਟ ਬਾਕਸ ਦੇ ਵਿੱਚ ਆਪਣੀ ਸੂਝ-ਬੂਝ ਸਮਝ ਦੇ ਨਾਲ ਹੱਲ ਲਿਖ ਸਕਦੇ ਹੋ ਜੇਕਰ ਤੁਹਾਨੂੰ ਲੱਗਦਾ ਹੈ ਕਿ ਇਸ ਦਾ ਇਹ ਹੱਲ ਹੈ ਜਾਂ ਫਿਰ ਤੁਸੀਂ ਸਰਕਾਰ ਤੱਕ ਆਪਣੀ ਅਪੀਲ ਆਪਣੀ ਆਵਾਜ਼ ਇਸ ਕਮੈਂਟ ਬਾਕਸਾਂ ਦੇ ਵਿੱਚ ਪਹੁੰਚਾ ਸਕਦੇ ਹੋ। ਕੈਮਰਾਮੈਨ ਸੁਨੀਲ ਦੇ ਨਾਲ ਅਨੁਰਾਗ ਸ਼ਰਮਾ